ਕਿੱਦਾਂ ਠੀਕ ਆ परसो परसो हां बस बस 10 तारीख नूं लगभग 7-8 नूं लफाफा ही लफाफा चमकदा लाता होया लफाफा ऐतकी जगह 1 तारीख दे बाद चलना काम ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਤਰੀਕ ਹੋ ਗਈ ਅੱਜ 7 ਤੇ ਆਪਾਂ ਨੇ ਬੀਜੀ ਦੀ ਜਿਹੜੀ ਬਾਈ ਪਨੀਰੀ ਤੇ ਸਿੱਧੀ ਰਹਿਣ ਕਰਕੇ ਉਹਨੇ ਬਸ ਹੁਣ ਬੀਜੀ ਆਪਾਂ ਨੇ 2 ਕਿੱਲਿਆਂ ਦੀ ਤੀ ਉਹਨੇ ਲਵਾਉਣਾ ਬਸ 1.5 ਕਿੱਲੇ ਹੀ ਆ 1.5 ਤੇ ਵੀ ਘੱਟ ਜਾਣਾ ਤੇ ਉਦੋਂ ਦੇਖਦੇ ਹੋਏ ਆਪਾਂ ਨੇ ਬਾਈ 3 ਦਿਨ ਨੇ ਬੀਜੀ ਜਿਹੜੀ 26 ਉੱਠੀ ਬੀਜਤੀ ਆਪਾਂ ਨੇ ਉਹੀ ਵੱਢ ਉੱਠੀ ਤੇ ਆਪਾਂ ਹੁਣ ਜਿਹੜੀ ਘਟੀ ਵਧੀ ਉੱਠੀ ਤੇ ਕਰੂਗੇ ਤੇ ਬਾਕੀ ਤੁਹਾਨੂੰ लो भाई जनरेटर मिल गया तो लगे पनीरी बीजने पनीरी भाई अपने स्वीडियो बीजनी थी पर अपन जनरेटर लंघता मिल गया उसके करके अपने हुण ही बीज लैनी चलाने भाई हर स्पीना ही क्योंकि अस सारे भाई पानी पैप लाइन चलाने तो हर स्पीरे खोलता होंगे इन लो भाई लगे बीजन पनीरी सुखा ट्रैक्टर केड़ा है हॉलैंड ਤੇ ਕਿੰਨੇ ਚੱਕਰਾਂ 'ਚ ਛੱਡਿਆ ਤਾਂ ਪਹਿਲਾਂ ਇਹ ਪਾਣੀ ਬਹੁਤ ਹੈ ਇਹਦਾ ਯਾਰ ਅੱਛਾ ਬਾਂਦਰੇ ਤਾਂ ਭਰਾ ਅੱਗੇ ਤਾਂ ਕਦੇ ਲਾਈਟ 'ਚ ਵੀ ਨਹੀਂ ਐਂ ਟੱਪਿਆ ਸਿਆਲ 'ਚ ਵੀ ਨਹੀਂ ਟੱਪਿਆ ਹਾਂ ਬਾਕੀ ਬਾਈ ਇਹ ਜਿਹੜਾ ਬੀਜ ਆ ਇਹ ਬੀਜ ਹੈਗਾ ਕਿਹੜਾ ਸੀ ਵੀਰੇ 7501 ਬਾਕੀ ਪਿਛਲੀ ਵਾਰ ਵੀ ਪਿਛਲੀ ਵਾਰ ਲਾਇਆ ਹੋਇਆ ਤਾਂ ਕਿਸੇ ਨੇ ਆਪਣੇ ਤਾਂ ਨਹੀਂ ਇੱਧਰ ਹੈਗਾ ਤਾਂ ਆਪਣੇ ਬਾਈ ਪਿਛਲੀ ਵਾਰ 26 ਦਾ ਪਿਛਲੀ ਵਾਰ 26 ਦਾ ਝਾੜ ਚੰਗਾ ਰਿਹਾ 3 ਕਿੱਲਿਆਂ 'ਚ 26 ਦਾ ਤਾਂ ਹਾਲੇ 26 ਵਧੀਆ ਪਨੀਰੀ ਬੀਜਤੀ ਚੱਲ ਪਿਛਲੀ ਵਾਰ ਮੈਂ ਕਿਹਾ ਤੁਸੀਂ ਬਹੁਤ ਚੰਗੇ ਰਹੇ ਹਾਂ ਹੋਰ ਬੀਜ ਤਾਂ ਕਦੋਂ ਹੋ ਗਏ ਜਮਾਂ ਜੀ ਗਾਰ ਕੱਢ ਗਈ ਪਿਛਲੀ ਵਾਰ ਬਾਕੀ ਐਤਕੀ ਹੈ ਵੀ ਨੀ 21 ਆਪਣੇ ਇੱਧਰ 26 ਰਹਿ ਗਈ ਪੁਰਾਣਾ ਬੀਜ ਪਿਛਲੀ ਵਾਰ ਚੰਗੇ ਉਹਨੇ ਉਹ ਲਾਤੇ ਹਾਂ 26 ਉਹ ਲੱਗੂਗੀ ਜੇ ਲੱਗੀ ਹਾਂ ਡਰਦੇ ਆ ਚੱਕਰ ਆਈ ਆ ਨਾ ਡਰ ਵੀ ਸੱਚਾ ਪਿਛਲੀ ਵਾਰ ਸਾਰੇ ਕਹਿੰਦੇ ਵੀ 21 ਬੀਜ ਲਓ ਮਰਦੀ ਮਰਾਉਂਦੀ ਵੀ 25-26 ਨਿਕਲ ਆਉਂਦੀ ਆ ਊਸ਼ਾ ਨੂੰ ਸਾਡੇ ਬਹੁ ਮਾਣਤਾ ਊਸ਼ਾ ਜਮਾਂ ਹੀ ਥੱਲੇ ਲੈ ਗਈ ਬਾਕੀ ਯਾਰ ਫੁੱਕੇ ਲੋਟ ਆਈ ਦੀ ਯਾਰ ਇੱਕ ਬਦਲ ਨਾ ਕੋਈ ਜੋ ਤੂੰ ਬਸ ਇੱਕਣੇ ਬੀਜ ਦੇ ਉਹ ਇਹਦਾ ਇਹਦਾ ਸੁੱਕੇ ਬਹੁਤ ਨਰਮ ਆ ਫਾਲੀ ਫੂਲੀ ਜੀ ਨਾ ਫੇਰੀ ਉਹ ਨਾਲੇ ਉਹ ਪੈਣਾ ਕਰ ਦੇਣੀ ਉਹਨੇ ਉਹ ਮੈਂ ਤਾਂ ਦੇਖੀਏ ਪੈੜਾਂ ਮੌਨ ਨਹੀਂ ਉਹਦੇ ਨਾਲ ਤੂੰ ਇੱਕਣੇ ਚਿੱਟਾ ਦੇ ਦੇ ਪਹਿਲਾਂ ਸਾਈਡਾਂ ਪਰ ਦੇ ਦੀ ਇੱਕ ਗੱਬੇ ਨੂੰ ਦੇ ਦੀ ਬਸ ਇੱਕ ਪੈੜ ਕਰੀ ਗੱਬੇ ਨੂੰ ਬਸ ਸਵੀਰ ਆਹ ਵਾਲੀ ਉੱਚੀ ਆ ਤੇਰੀ ਕਿ ਚੜ ਜਾਣਾ ਉਰੇ ਵੀ
पानी सांभदी नहीं है। किदा ठीक है लो जी मिलो जगे नू सताल जी सारे इधर डी सी चलो अपने दरअसल हाइब्रिड भी है डिमांड बद गई बहुत ਹੁਣ ਖਬਰੇ ਕਿਆ ਉਹਨਾਂ ਨੇ ਯਾਰ ਕਿਆ ਭਰਤਾ ਕਿਆ ਨੇ ਹੁਣ ਨਸਰੇ ਦੀ ਪਤਾ ਲੱਗੂਗੀ ਜਿਹੜਾ ਕਿਹੜਾ ਨਸਰ ਦਾ ਜਿਹੜਾ ਕੋ ਮਰਜੀ ਹੋ ਜਾਵੇ ਪਿਛਲੇ ਸਾਲ ਵਾਲਾ ਕੰਮ ਨਾ ਹੋਵੇ ਬਸ ਕੰਮ ਨਾ ਹੋਵੇ ਦਾਣਾ ਆ ਜਾਵੇ ਦਾਣਾ ਆ ਜਾਵੇ ਜਿਹੜਾ ਮਰਜੀ ਵੀ ਜੋ ਹਾਂ ਪਿਛਲੀ ਵਾਰ ਤਾਂ 26 ਨੇ 21 ਨੇ ਬਾਈ ਉਹ ਐਤਕੀ ਜੇ ਕੁਝ ਹੋ ਗਿਆ 90% ਜ਼ਿਮੀਦਾਰ ਨਿਬੜ ਲੂਗਾ ਨਿਬੜ ਲੂਗਾ ਹਾਂ ਬਈ ਐਤਕੀ ਇਹ ਜਿਹਾ ਕੁਝ ਨਾ ਹੋਵੇ ਕਿਉਂਕਿ ਬਾਈ ਪੁਆਇੰਟਾਂ ਪਰੇ ਖੜਾ ਆਹੀ ਇਹਦੇ ਪਰ ਆਸ ਆ ਕਣਕ ਨੇ ਵੀ ਮਾਸੀ ਮੋਸੀ ਪੂਰੇ ਕਰੇ ਆ ਕਣਕ ਦੇ ਤਾਂ ਯਾਰ ਬਸ ਆਈ ਚਲਾਈ ਜਲਦੀ ਉਹਦੇ ਨਾਲ ਤਾਂ ਵੀ ਜੀਰੀ ਚ ਕੋ ਬਚਦਾ ਜੀਰੀ ਚ ਬਚਦਾ ਜੋ ਬਚਦਾ ਪਿਛਲੀ ਕਣਕ ਰਗੜ ਗਈ ਪਿਛਲੀ ਜੀਰੀ ਰਗੜ ਗਈ ਆ ਹੁਣ ਕਣਕ ਚਲੋ ਐਸੀ ਠੀਕ ਆ ਮਾੜਾ ਨਹੀਂ ਵਧੀਆ ਨਿਕਲੀ ਆ ਹਾਂ ਬਹੁਤ ਵਧੀਆ ਰੂਹ ਤਾਂ ਰੱਜਣੀ ਨੇ ਆ ਜੀਰੀ ਹੁਣ ਬਚਾ ਜਵੇ ਜੇ ਬਰਾਬਰ ਆ ਜੂ ਨਹੀਂ ਕੰਮ ਖਰਾਬ ਪਿਛਲੀ ਵਾਰ ਯਾਰ ਥੋੜਾ ਜਿਆਦਾ ਧੱਕਾ ਕਰ ਗਿਆ ਜੀ ਜੀ ਦੋ ਫਸਲਾਂ ਇਕੱਠੀਆਂ ਲੈ ਦੋ ਫਸਲਾਂ ਇੱਕ ਮਸਰੀ ਬੰਦਾ ਚੱਲ ਸਕਦਾ ਹਾਂ ਗੰਨਾ ਵੀ ਤਾਂ ਗਿਰੇ ਗਿਆ ਤਾਂ ਗੰਨਾ ਗੁੰਨਾ ਵੀ ਡੰਗਰ ਵੀ ਲੈ ਲੈ ਡੰਗਰ ਵੀ ਬਿਮਾਰੀ ਜੀ ਵੇਖ ਜੀ ਡੰਗਰਾਂ ਦੀ ਹੁਣ ਆਇਆ ਵੀ ਰੱਬ ਸਾਥ ਦੇ ਦੇਵੇ ਦੇ ਦੇਵੇ ਮੈਨੂੰ ਤਾਂ ਦੇਖ ਲਓ ਉਨੀ ਉਗਾਨੀ ਪੈਂਦੀ ਰੇ ਪਾਣੀ ਡੌਲਾ ਵੱਢਣੀ ਲੱਗਾ ਘੁੰਮਣਾ ਵਿੱਚ ਸਭ ਕੁਝ ਪਰ ਫਿਰ ਵੀ ਖੋਲਣ ਦਾ ਸਾਥੇ ਮਿਹਨਤ ਦਾ ਮੁੱਲ ਵੀ ਨਹੀਂ ਦਿੰਦਾ ਫਿਰ ਇੱਕ ਵਾਰ ਮਨ ਪੱਟ ਹੁੰਦਾ ਮਨ ਮਨ ਜੀ ਮਨ ਕਿਉਂਕਿ ਇਹ ਕੰਮ ਇਹ ਜਾਇ ਨਾ ਦਿਨ ਨੂੰ ਟੇਕ ਨਾ ਰਾਤ ਨੂੰ ਹਨਾ ਪਰ ਕੀ ਕਰਦੇ ਕਰਦੇ ਤੇ ਬਾਕੀ ਜਗੇ 6 ਕਿਲੋ ਬੀਜ ਨਾ ਕਿੰਨੀ ਜਗਾ ਲੱਗੂਗੀ ਇਹ ਤਾਂ ਕੀ ਇਹ ਤਾਂ ਜੰਮਿਆ ਫਿਰ ਤਾਂ 2 ਵੀ ਕਿਲੇ ਲੱਗ ਸਕਦੇ ਆ ਨਹੀਂ ਫਿਰ 4 ਕਿਲੇ ਮਤਲਬ ਕਿਲੇ ਦੀ ਯਾਦ ਰੱਖੀ ਹੋਈ ਹੈ 4 ਕਿ ਬਿਗੇ ਕਿਲਾ ਆ ਸਕਦੇ ਹਾਂ ਜੇ ਜੰਮੀ ਨਹੀਂ ਉਹ ਤਾਂ 3 ਕਿਲੇ ਨਾਲ ਲੱਗ ਜਾਂਦਾ ਕਿਲਾ 3 ਕਿਲੋ ਨਾਲ 2.5 ਕਿਲੋ ਮਸੀ ਲਾਉਂਦੇ ਭਾਈ ਇਹ ਆਹ ਜੇ ਜੰਮਿਆ ਉਹ ਹਾਂ ਪਰ ਐਤਕੀ ਕੋਰ ਦੇਖੀ ਭਈ ਇਹਨਾਂ ਰੋਣਾ ਬਹੁਤ ਆ ਹਾਂ ਹਰੇਕ ਦੀ ਪਨੀਰੀ ਮੋਟੀ ਹੋ ਮੋਟੀ ਹੈ ਮੋਟੀ ਨੂੰ ਇਹ ਉਹ ਕਰਦੇ ਆ ਮੋਟੀ ਨੂੰ ਰੋਂਦੇ ਆ ਰੋਂਦੇ ਆ ਇਹ ਚਲੋ ਆਪਾਂ ਤਾਂ ਆਪਣਾ ਉਹੀ ਹਿਸਾਬ ਨਾਲ ਬੀਜੀ ਆ ਬਿਸਵੇ ਦਾ 3 ਕਿਲੋ ਹੈ ਬਿਸਵੇ ਦਾ ਬਿਸਵੇ ਜੰਮੇ 1.5 ਕਿਲੋ ਭਈ ਇਹ ਤਾਂ ਫਿਰ ਆਉਣਗੇ ਸਾਡਾ ਵੀ ਜੀ ਨਹੀਂ ਕਰਦਾ ਬਰੀਕ ਕਰਨ ਨੂੰ ਤੇ ਚਲੋ ਉਹ ਵੀ ਸੌਖੇ ਹੁਣ ਕੀ ਕਰੀਏ ਐਤਕੀ ਹਾਂ ਹੁਣ ਮਜਬੂਰੀ ਆ ਪਰ ਮੈਂ ਤਾਂ ਮੀਂਹ ਦੇ ਬਾਅਦ ਵਾਲੀ ਵੀ ਦੇਖੀ ਉਹਨਾਂ ਦਾ ਵੀ ਆਈ ਹਾਲ ਆ ਆਈ ਹਾਲ ਹੈ ਤੇ ਮੀਂਹ ਮੂੰਹ ਦਾ ਤਾਂ ਬਹਾਨਾ ਹੀ ਬਹਾਨਾ ਹੀ ਆ ਹੋਰੇ ਬਣ ਗਿਆ ਹੂੰ ਬਾਕੀ ਬਾਈ ਜਿਹੜਾ ਦੂਆ ਬੀਜ ਤਾਂ ਆਪਣਾ 21 ਦਾ ਕਿਸੇ ਦਾ ਹੈ ਨਹੀਂ ਐਤਕੀ ਦਾ ਅਸੀਂ ਸਬਰ ਬਹੁਤ ਰੱਖਿਆ ਨਹੀਂ ਪਰਸੋਂ ਨੂੰ ਪਾਣੀ ਛੱਡਣਾ ਤਾਂ ਹੁਣ ਪਨੀਰੀ ਬੀਜਦੇ ਆ ਇੱਕ ਮਹੀਨਾ ਅਸੀਂ ਪਰਸੋਂ ਹਾਂ ਬਸ 8-9 ਨੂੰ 10 ਤਰੀਕ ਨੂੰ ਲਗਭਗ 7-8 ਨੂੰ ਲਫਾਫਾ ਹੀ ਲਫਾਫਾ ਚੌਂਕਲਾ ਦਾ ਲਾ ਦਿੱਤਾ ਓਏ ਲਫਾਫਾ ਐਤਕੀ ਜਗੇ 1 ਤਰੀਕ ਦੇ ਬਾਅਦ ਚੱਲਣਾ ਕੰਮ ਕਰਦੇ ਬੰਦ ਐਤਕੀ ਜੁਲਾਈ ਤੇ ਬਾਅਦ 5 ਕਿ ਜੁਲਾਈ ਨੂੰ 6 ਨੂੰ ਉੱਠਣਗੇ ਪਨੀਰੀ ਨਹੀਂ ਉੱਠਣੀ ਐਤਕੀ ਭਈਆਂ ਨੇ ਜੂਨ ਚ ਬਸਦਾ ਜੀਰੀ ਲਵਾ ਲਓ ਨਾ ਅਸੀਂ ਜੀ ਹਾਂ ਜੁਲਾਈ ਚ ਤਾਂ ਕੰਮ ਹੈ ਜੁਲਾਈ ਚ ਇਹ ਤਾਂ ਹੈ ਬਾਕੀ ਹਾਈਬ੍ਰਿਡ ਵਾਲੂ ਦੁਨੀਆ ਥੋੜੀ ਜ਼ਿਆਦਾ ਹੋਈ ਪਈ ਹੈ ਜੀ ਆਹੀ ਰਹਿ ਗਿਆ ਬਾਈ ਇਹਦੇ ਪਰ ਭਰੋਸਾ ਭਰੋਸਾ ਇਹ ਤਾਂ ਨਹੀਂ ਪਿਛਲੇ ਸਾਲ 20% ਪੂਜਾ ਇਹ ਚ ਵੀ ਡਾਊਨ ਤਾਂ ਹਾਈਬ੍ਰਿਡ ਹਾਂ ਪਰ ਇਹ ਉਹ ਬਚਾ ਗਿਆ ਪਰ ਇਹ ਦਾਣਾ ਆ ਗਿਆ ਤੈਨੂੰ ਦਾਣਾ ਤੀ ਹੁਣ ਐਤ ਕੀ ਬਾਈ ਸਹੀ ਰਹੇ ਯਾਰ ਪਿਛਲੀ ਵਾਰ ਤਾਂ ਜੇ ਐਵੇਂ ਵੀ ਕਹਿੰਦੇ ਵੀ ਜਿਹਦਾ 25 ਨਿਕਲਿਆ ਆ ਬੱਲੇ ਬੱਲੇ 15 ਵਜੇ 5-5 ਵਾਲੇ ਅਸੀਂ ਆਏ ਪੀਲੀ ਪੂਛ ਵਾਲੇ 4 ਕੁਆਂਟਲ ਵੰਡ ਜੋ ਲੈ ਮੈਂ 2 ਕਿੱਲੇ ਵੱਡੇ ਤਾਂ 6 ਕੁਆਂਟਲ ਹੋ ਗਏ ਮੈਂ ਵੀ 2 ਕਿੱਲੇ ਪੂਛਾ ਦੇ ਤੇ ਬਸ 3-3 ਕੁਆਂਟਲ ਦੀ ਐਵਰੇਜ ਆਈ ਆ ਬਸ ਹੀ ਬਾਈ 121 4 ਕਿੱਲਿਆਂ ਚੋਂ 7 ਕੁਆਂਟਲ ਹੋਈ ਆ 121 4 ਕਿੱਲਿਆਂ ਚੋਂ ਵੀਡੀਓ ਚ ਇੰਜਣ ਤੋਂ ਬਿੱਟੂ ਦੀ ਮਸ਼ੀਨ ਨੇ ਵੱਡੀ ਆ ਸਾਰਾ ਕੁ ਵਿੱਚ ਆ ਇੱਕ ਤਾਂ ਮੈਂ ਵੀ ਤੈਨੂੰ ਗੇਟ ਕੋ ਮਿਲਿਆ ਤਾਂ ਜਾਂ ਤੂੰ ਮਸ਼ੀਨ ਜਾਣੀ ਆਇਓ ਆਉਣੀ ਆਇਓ ਜਾਣੀ 2 ਕਿੱਲੇ ਵੱਢਤੇ ਮੈਂ ਬੰਬੂ ਆ ਮੈਨੇ ਕਹਿੰਦਾ ਬਿੱਟੂ ਕਹਿੰਦਾ ਤਾਂ ਅੱਧਾ ਕੋ ਹੋਇਆ ਹਾਂ ਇਹੋ ਜਿਹਾ ਬੁਰਾ ਹਾਲ ਸੀ ਐਤਕੀ ਤਾਂ ਸਭ ਦਾ ਹੀ ਤਾਂ ਪਈ ਜਿਹੜੇ ਪੁੱਛੇ ਨੂੰ ਦਾਣੇ ਲੱਗੇ ਤੇ ਉਹ ਵੀ ਦਾਣੇ ਬੱਲ ਸਿਰੇ ਨਹੀਂ ਗਏ ਵਿੱਚੇ ਮੁੜ ਕੇ ਬਸ ਉੱਥੇ ਛੋਟੀ ਜਿਹੀ ਬੱਲ ਲੱਗੀ ਉਹ ਵੀ ਜਾਣ ਨਹੀਂ ਦੀ ਪੂਰੀ ਕਿਹਨੇ ਫੜ ਲਈ ਸੀ ਜਾਣ ਨਹੀਂ ਦੀ ਪਤਾ ਨਹੀਂ ਕਿਆ ਗੱਲ ਇੱਕ ਹੋਰ ਆ ਜਗੇ ਸਾਰਾ ਨਾ ਕੱਢੀ ਉਹਨਾਂ ਦੁਆ ਨੇ ਬੀਜਣੀ ਆ ਨੇਤਰ ਬਾਈ ਨੇ ਪਨੀਰੀ ਬੀਜਣੀ ਹਾਂ ਹਾਂ ਕੱਢੀ ਨਾ ਹੈ ਜਗੇ ਇੱਕ ਆਏ ਦੇਖ ਲੈ ਵੀ ਇਹ ਬਿਮਾਰੀ ਦਾ ਕਿਹਨੂੰ ਪਤਾ ਨਹੀਂ ਲੱਗਿਆ ਨਾ ਕੋਈ ਹੱਲ ਨਹੀਂ ਹੋਇਆ ਕੋਈ ਦਵਾਈ ਨਹੀਂ ਬਣੀ ਕੋਈ ਦਵਾਈ ਨਹੀਂ ਬਣੀ ਬਸ ਇਹ ਹੁਣ ਰੱਬ ਤੇ ਆਸ ਆ ਵੀ ਤੂੰ ਹੀ ਦਵਾਈ ਆ ਬਾਈ ਨਿਗਾ ਰੱਖੀ ਜਾ ਨਹੀਂ ਐਡੇ ਐਡੇ ਡਾਕਟਰ ਬੈਠੇ ਆ ਇਹ ਲੱਭਣੀ ਤਾਂ ਚਾਹੀਦੀ ਠੀਕ ਹੈ ਰੇਡੀ ਸੀ ਬਿਮਾਰੀ ਕੋਈ ਹੱਲ ਕਰਨਾ ਚਾਹੀਦਾ ਆ ਉਹ ਪਨੀਰੀ ਆ ਜਿਹੜੀ ਆਪਾਂ ਨੇ ਮੀਂਹ ਤੇ ਇੱਕ ਦਿਨ ਪਹਿਲਾਂ ਬੀਜੀ ਸੀ ਫਰਕ ਤਾਂ ਬਾਈ ਹੁਣ ਅਜੇ ਕੁਝ ਖਾਸ ਨਹੀਂ ਲੱਗਦਾ ਹੈਗਾ ਐਨ ਭਰਿਆ ਆ ਖੇਤ
बाकी नुकसान तो हुए ही आ, पहला मींह दा देखो छिद्दी छिद्दी कितने कितने हो गई, आ तलियां पैनी हुंदी चाहीदियां, बाकी इन्नी क भी हो गई ये भी चलो बहुत आ। देखो किन्नी क जगह लवाउंदी आ, ए छिद्दी जी आ साइड ज़्यादा मरी हुई है, तो वो आ जिते ज़्यादा मतलब पानी का होता, बाकी सारी ठीक आ। देखते हैं बाकी डेढ़ किला तो भाई कितने गया नहीं है, डेढ़ तो किला तो लवाए देना इन्हें, बाकी जो बधी घटी वो देखा फिर अपना छब्बी ला देंगे। आ अपनी भाई सारी वो सड़क आ, वह उधर तो लाने लग जाना जिते आ गए मुक गई ठीक है, उत्ते गह छब्बी शुरू कर देनी अपने, बाकी देखते जिन्ना गल ज़्यादा लग जाए तो वधिया गल है जी। चलो बाकी देखते हैं जी।